Yogi Andar,
Oh,
Oh, yeah.
ਰਾਜ ਮੈਂ ਰਾਜਾ ਜੀ ਜੋਗ ਮੈਂ ਬੋਲਿਆ ਕਰੋ ਜੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਸਾਰੇ ਗੱਜ ਕੇ ਪਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਬਹੁਤ ਵੱਡੇ ਭਾਗ ਜੁਗੋ ਜੁਗ ਅਟਲ ਸਾਹਿਬੇ ਕੁਮਾਰ ਰਾਜਾਂ ਰਾਜ ਭਾਣਾਂ ਭਾਣ ਦੇਵਾਂ ਦੇਵ ਉਪਮਾ ਮਹਾਨ ਦੇ ਮਾਲਕ ਸਮਰੱਥ ਗੁਰੂ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹਾਂ। ਜੀਵਨ ਬੜਾ ਅਮੋਲਕ ਹੈ, ਇੱਕ ਇੱਕ ਸਵਾਸ ਇਨਸਾਨ ਦਾ ਬੜਾ ਕੀਮਤੀ ਹੈ। ਜੀਵਨ ਨੂੰ ਸਫਲਾ ਕਰਨਾ, ਸਵਾਸ ਨੂੰ ਸਫਲਾ ਕਰਨਾ,
ਭਾਵ ਹਰ ਦਮ ਦੇ ਨਾਲ ਵਾਹਿਗੁਰੂ ਕਹਿਣਾ ਮਹਾਰਾਜ ਦਾ ਵਚਨ ਹੈ। ਦਮ ਦਮ ਸਦਾ ਧਮਾਲਦਾ ਦਮ ਨਾ ਬਿਰਥਾ ਜਾਏ, ਵੀ ਕੋਈ ਦਮ ਬਿਰਥਾ ਨਹੀਂ ਜਾਣਾ ਚਾਹੀਦਾ। ਜੇ ਦਮ ਬਿਰਥਾ ਚਲਿਆ ਗਿਆ ਤਾਂ ਮਤਲਬ ਸਮਾਂ ਵੀ ਬਿਰਥਾ ਚਲਿਆ ਗਿਆ ਅਤੇ ਮਨੁੱਖਾ ਦੇਹ ਵੀ ਬਿਰਥੀ ਚਲੀ ਗਈ, ਜਿਹੜੀ ਕਿ ਕਰੋੜਾਂ ਜਨਮਾਂ ਤੋਂ ਬਾਅਦ ਇਹ ਘੱਟ 84 ਲੱਖ ਜੋਨਾਂ ਤੋਂ ਬਾਅਦ ਆਪਣੇ ਹੱਥ ਆਈ ਹੈ। ਮੌਕਾ ਵਾਹਿਗੁਰੂ ਨੇ ਦੇ ਦਿੱਤਾ, ਸਮਝ ਲਓ ਬਖਸ਼ਿਸ਼ ਹੋ ਗਈ ਪਰਮੇਸ਼ਰ ਦੀ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ। ਦੇਹੋ ਦਰ ਸਹਾਰਾਇਆ, ਕਿੱਡੀ ਕਿਰਪਾ ਹੋਈ ਹੈ ਸਾਰੀਆਂ ਜੋਨੀਆਂ ਦੀ ਬਾਦਸ਼ਾਹ ਦੇ ਹੀ, ਜਿਹੜੀ ਕਿ ਆਪਾਂ ਨੂੰ ਪ੍ਰਾਪਤ ਹੈ। ਇਹਨੂੰ ਦੁਰਲੱਭ ਦੇ ਕਿਹਾ ਮਹਾਰਾਜ ਜੀ ਨੇ, ਕਬੀਰ ਮਾਨਸ ਜਨਮ ਦੁਰਲੱਭ ਹੈ, ਦੁਰਲੱਭ ਉਹ ਵਸਤੂ ਹੁੰਦੀ ਹੈ ਜਿਹੜੀ ਬੜੇ ਸਮੇਂ ਤੋਂ ਬਾਅਦ ਬੜੀ ਤਪੱਸਿਆ ਤੋਂ ਬਾਅਦ ਮਿਲੇ ਅਤੇ ਬੜੇ ਸਮੇਂ ਤੋਂ ਬਾਅਦ ਮਿਲੀ ਹੈ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਔਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਦੇ ਸੰਜਰੀਆ। ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਕੋਈ ਯੁੱਗਾਂ ਦੀ ਗਿਣਤੀ ਨਹੀਂ ਕੀਤੀ ਇੱਥੇ ਮਹਾਰਾਜ ਨੇ। ਚਾਰ ਯੁੱਗ ਮੰਨਦੇ ਨੇ ਵੈਸੇ ਗੁਰਬਾਣੀ ਅਨੁਸਾਰ ਵੀ, ਸਤਯੁਗ ਤ੍ਰੇਤਾ ਦੁਆਪਰ ਭਣੀਐ, ਕਲਯੁਗ ਉੱਤਮੋ ਯੁੱਗਾਂ ਮਾਹੇ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਦੀ ਥਾਏ। ਸਤਯੁਗ ਸੱਤ, ਤ੍ਰੇਤਾ ਜਗੀ, ਦੁਆਪਰ ਪੂਜਾ ਚਾਰ, ਤਿੰਨੋ ਯੁੱਗ ਤਿੰਨੋ ਜਿਹੜੇ ਕਰ ਕੇਵਲ ਨਾਮ ਧਾਰ। ਕਲਯੁੱਗ ਦਾ ਵੀ ਦੱਸਤਾ ਨਾ ਸਾਨੂੰ ਵੀ ਕਿਵੇਂ ਆਧਾਰ ਹੋਣਾ, ਵੀ ਉਹ ਸਾਧਨ ਉਹਨਾਂ ਯੁੱਗਾਂ ਦੇ ਹੋਣਗੇ, ਆਪਾਂ ਨੂੰ ਕੋਈ ਮਤਲਬ ਨਹੀਂ। ਸਤਯੁਗ ਸੱਤ, ਤ੍ਰੇਤਾ ਜਗੀ, ਦੁਆਪਰ ਪੂਜਾ ਚਾਰ, ਪਰ ਕੱਲ ਕੇਵਲ ਨਾਮ ਆਧਾਰ, ਕੇਵਲ ਨਾਮ, ਨਾਮ ਦਾ ਆਧਾਰ, ਸੱਚਾ ਨਾਮ ਮੇਰਾ ਆਧਾਰ ਹੋ। ਅਨੰਦ ਸਾਹਿਬ ਵਿੱਚ ਪੜ੍ਹਦੇ ਆ ਨਾ, ਪੜ੍ਹਿਆ ਕਰੋ, ਨਾਮ ਮੇਰਾ ਆਧਾਰ ਸਾਧੂ ਵਾਲੀਆਂ ਨੇ ਸਿਆ, ਸਾਧੂ ਵਾਲੀਆਂ ਨੇ ਸਿਆ।
ਸੱਚਾ ਨਾਮ ਮੇਰਾ ਆਧਾਰ ਹੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਭੁੱਖਾਂ ਕੀ? ਤ੍ਰਿਸ਼ਨਾ ਮਨ ਦੀ ਭੁੱਖ, ਮਨ ਦੀ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ। ਮਨ ਦੀ ਭੁੱਖ ਜਿਹੜੀ ਕਦੇ ਮਿਟੇ ਨਹੀਂ ਸਕਦੀ, ਮਹਾਰਾਜ ਜੀ ਕਹਿੰਦੇ ਨਾਮ ਨੇ ਉਹ ਭੁੱਖ ਵੀ ਮਿਟਾਤੀ। ਕੋਈ ਡਿਜ਼ਾਇਰ ਨਹੀਂ, ਕੋਈ ਇੱਛਾ ਨਹੀਂ, ਕੋਈ ਕਾਮਨਾ ਨਹੀਂ ਹੈ, ਬਸ ਜੋ ਵਾਹਿਗੁਰੂ ਦੇ ਰਿਹਾ ਠੀਕ ਹੈ। ਜਥਾ ਲਾਭ ਸੰਤੁਸ਼ਟੇ, ਸੰਤੋਖ ਧਾਰਨ ਕਰ ਲਿਆ। ਤਿਸ਼ਨਾ ਦਾ ਵੱਡਾ ਰੋਗ ਸੀ ਜਿਹੜਾ, ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਤਿਸ਼ਨਾ ਦਾ ਰੋਗ ਦੀ ਦਾਰੂ ਹੋ ਗਈ ਨਾਮ ਆਧਾਰ, ਜਿਹਨ ਭੁੱਖਾਂ ਸਭ ਗਵਾਈਆਂ, ਜਿਹੜੀ ਇੱਛਾ ਸਭ ਪਜਾਈਆਂ, ਸਾਰੀਆਂ ਇੱਛਾ ਪੂਰੀਆਂ ਕਰ ਦਿੱਤੀਆਂ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ। ਸੋ ਇੱਕ ਇੱਕ ਦਮ ਨੂੰ ਸੰਭਾਲਣਾ ਹੈ ਆਪਾਂ ਨੇ, ਫਾਲਤੂ ਗੱਲਾਂ ਨਹੀਂ ਕਰਨੀਆਂ। ਮਹਾਰਾਜ ਦਾ ਕਲਮੀਧਰ ਦਾ ਬਚਨ ਆਉਂਦਾ, ਅਲਪਹਾਰ ਸੁਲਭ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ ਅਲਪਹਾਰ। ਮਹਾਂਪੁਰਸ਼ ਰਾਣਾ ਸਾਹਿਬ ਵਾਲੇ ਸੰਤ ਮਹਾਰਾਜ ਬਚਨ ਕਰਦੇ ਹੁੰਦੇ, ਭਾਈ ਜੀ ਨੇ ਰੱਬ ਨੂੰ ਪ੍ਰਾਪਤ ਕਰਨਾ ਹੈ,
ਕਿ ਸਾਧਨਾ ਜ਼ਰੂਰ ਕਰਨੀ ਪਊਗੀ। ਥੋੜ੍ਹਾ ਖਾਣਾ ਸੰਜਮ ਦਾ ਖਾਣਾ ਹੈ, ਫਿਰ ਥੋੜ੍ਹਾ ਸੌਣਾ, ਕਿਉਂਕਿ ਜੇ ਰੱਜ ਕੇ ਖਾਵਾਂਗੇ ਤਾਂ ਨੀਂਦ ਵੀ ਉਨੀ ਵੱਧ ਆਏਗੀ ਨਾ। ਥੋੜ੍ਹਾ ਖਾਣਾ ਅਲਪ ਹਾਰ ਸੁਲਭ ਸੀ ਨਿੰਦਰਾ, ਫਿਰ ਥੋੜ੍ਹਾ ਖਾਣਾ ਥੋੜ੍ਹਾ ਸੌਣਾ ਥੋੜ੍ਹਾ ਬੋਲਣਾ। ਫਾਲਤੂ ਨਹੀਂ ਗੱਪਾਂ ਮਾਰਨੀਆਂ, ਕਿਉਂਕਿ ਇੱਕ ਇੱਕ ਸਵਾਸ ਕੀਮਤੀ ਬੜਾ ਹੈ ਸਾਧ ਸੰਗਤ। ਜੇ ਗੁਰਬਾਣੀ ਅਨੁਸਾਰ ਆਪਾਂ ਸਾਰੀ ਗੁਰਬਾਣੀ ਦੀ ਵਿਚਾਰ ਕਰ ਲਿਓ, ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਹਰ ਪੰਗਤੀ ਵਿੱਚ ਪਹਿਲਾਂ ਆਏਗੀ ਗੱਲ ਨਾਮ ਦੀ, ਦੂਸਰੀ ਗੱਲ ਆਏਗੀ ਮੌਤ ਦੀ। ਪਹਿਲਾਂ ਨਾਮ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਰ ਕੀ ਵੇਲਾ, ਈਹਾਂ ਖਾੜ ਚਲੋ ਹਰ ਲਾ ਕਾਲਾ ਲਾਹਾ। ਨਾਮ ਜਪਣ ਦਾ, ਨਾਮ ਜਪੋ, ਨਾਮੇ ਆਰਾਧੋ, ਨਾਮੇ ਹੀ ਗੱਲ ਪਾਵੋ। ਈਹਾਂ ਖਾੜ ਚਲੋ ਹਰ ਲਾਹਾ ਆ ਗਏ, ਮੌਸੀ ਗੱਲ ਆ ਗਈ ਅੱਗੇ ਪਰਲੋਕ ਵਿੱਚ। ਕਿਉਂਕਿ ਸਾਧ ਸੰਗਤ ਆਹ ਜਿਹੜਾ ਜੀਵਨ ਹੈ ਇਹ ਸਮਾਪਤ ਨਹੀਂ ਹੋ ਜਾਣਾ ਮਰਨ ਤੋਂ ਬਾਅਦ। ਮਹਾਰਾਜ ਦੇ ਬਚਨ ਹਨ, ਮਰ ਹਾਰੇ ਜੀਅਰ ਨਾਹੀ, ਜੀਵਾਤਮਾ ਤਾਂ ਮਰਦਾ ਨਹੀਂ। ਕਹੋ ਕਬੀਰੇ ਰਾਮ ਕੀ ਅੰਸ, ਜਸ ਕਾਗਜ਼ ਪਰ ਮਿਟੇ ਨਾ ਮੰਸ। ਅਤੇ ਇਹ ਮਰਦਾ ਨਹੀਂ, ਇਹਦਾ ਮਤਲਬ ਕੋਈ ਤਾਂ ਅੱਗੇ ਸਾਫ ਕਿਤੇ ਤਾਂ ਜਾਂਦਾ ਹੀ ਹੈ ਨਾ। ਇਹ ਜੇ ਕਹਿੰਦੇ ਜੀ ਨਹੀਂ ਜੀ ਕੁਛ ਨਹੀਂ ਹੈ ਜੀ, ਕੋਈ ਨਰਕ ਸੁਰਗ ਨਹੀਂ, ਕੋਈ ਨਹੀਂ ਉਹ ਨਹੀਂ ਫਲਾਣਾ ਨਹੀਂ, ਜੋ ਮਰਜ਼ੀ ਕਹੀ ਜਾਓ, ਬਾਣੀ ਦਾ ਖੰਡਨ ਜਿੰਨਾ ਮਰਜ਼ੀ ਕਹੀ ਜਾਓ, ਖੰਡਨ ਕਰਨ ਨੂੰ ਕਿਹੜਾ ਕਿਸੇ ਨੇ ਜ਼ੁਬਾਨ ਫੜਨੀ ਹੈ। ਪਰ ਇਹ ਲੇਖੇ ਦੇਣੇ ਪੈਂਦੇ ਨੇ, ਲੇਖੇ ਦਿੰਦੇ ਦੇਖੇ ਸਾਧ ਸੰਗਤ। ਅਸੀਂ ਜਿਹੜਾ ਬਾਣੀ ਦਾ ਅਰਥ ਦਾ ਅਨਰਥ ਕਰਦਾ ਨਾ, ਉਹਦਾ ਦੋਸ਼ ਫਿਰ ਉਹਨਾਂ ਨੂੰ ਭੁਗਤਣਾ ਅਸੀਂ ਦੇਖਿਆ। ਫਿਰ ਮੁਆਫੀਆਂ ਮੰਗਦੇ ਦੇਖੇ, ਮਹਾਰਾਜ ਜੀ ਬਖਸ਼ ਲਓ, ਹੁਣ ਜ਼ਿੰਦਗੀ ਮੌਤ ਦਾ ਘੋਲ ਹੋ ਰਿਹਾ, ਹੁਣ ਮੌਤ ਨਹੀਂ ਆ ਰਹੀ। ਅਰਦਾਸਾਂ ਕਰਾਉਂਦੇ ਨੇ, ਤੜਫਦੇ ਨੇ, ਅੱਡੀਆਂ ਰਗੜਦੇ ਹਨ। ਸੋ ਇਸ ਕਰਕੇ ਮਹਾਰਾਜ ਜੀ ਨੇ ਸਾਨੂੰ ਸਾਰੀਆਂ ਯੁਗਤੀਆਂ ਦੱਸੀਆਂ। ਈਹਾਂ ਖਾੜ ਚਲੋ ਹਰ ਲਾਹਾ ਆ ਗਏ ਵਤਨ ਸਹੇਲਾ, ਮਰਨ ਤੋਂ ਬਾਅਦ ਰੇਰੇ ਦਰ ਕਹਿ ਕਹਿ ਨਾ ਪਊ, ਆਓ ਬੈਠ ਆਦਰ ਸੁਭ ਦਿਓ। ਤੈਨੂੰ ਆਦਰ ਦੇਵਤ ਜਾਮ ਜਾਮ ਦੋਤ ਵੀ ਆਦਰ ਦਿੰਦੇ ਹਨ, ਨਾਮ ਧਿਆਨ ਸਾਜਨਾ ਜਨ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇ ਕੀਤੋ ਭਵਨ ਪੁਨੀਤ। ਧਰਮ ਰਾਜਾ ਵੀ ਕਹੇਗਾ ਮੇਰੇ ਭਵਨ ਨੂੰ ਮੇਰੀ ਕੁੱਲੀ ਨੂੰ ਭਾਗ ਲਾ ਦਿੱਤੇ, ਧਨ ਭਾਗ, ਕਿਉਂਕਿ ਜਨ ਪਦਾਰਥ ਨੂੰ ਜਿੱਤ ਕੇ ਆਇਓ ਤੁਸੀਂ। ਇੱਕ ਹਾਰ ਕੇ ਵੀ ਜਾਂਦੇ ਨੇ, ਕਹੋ ਕਬੀਰ ਕਿਛ ਗੁਣ ਵਿਚਾਰ, ਚੜੇ ਜੋ ਹਾਰੀ ਦੋ ਹੱਥ ਚਾਰ। ਉਹ ਵੀ ਹਨ ਮਨਮੁੱਖ, ਗੁਰਮੁਖ ਲਾਹਾ ਲੈ ਗਏ, ਗੁਰਮੁਖ ਲਾਹਾ ਲੈ ਗਏ, ਗੁਰਮੁਖ ਗੁਰੂ ਗੋਬਿੰਦ ਸਿੰਘ ਜੀ।
ਗੁਰਮੁਖ ਲਾਹਾ ਲਹਿ ਗਏ ਹਾਂ ਖਾੜ ਚਲੋ ਹਰ ਲਾਹਾ ਲਾਭ ਲਿਓ ਹਰ ਹਿਰਦੈ ਅਰਾਧੋ ਛੁੱਟ ਕੇ ਆਉਣ ਜਾਣੀ ਤੇਰਾ ਆਉਣ ਜਾਣ ਦਾ ਚੱਕਰ ਮਿਟ ਜਾਵੇ ਗੁਰੂ ਮਟਾਏ ਦਾ ਸਤਿਗੁਰੂ ਕੇ ਜਨਮੇ ਗਵਨ ਮਟਾਇਆ ਸੋ ਲਾਹ ਲਿਓ ਹਰ ਹਿਰਦੈ ਅਰਾਧੋ ਛੁੱਟ ਕੇ ਆਉਣ ਜਾਣੀ ਪ੍ਰਾਣੀ ਤੂੰ ਆਇਆ ਲਾਹਾ ਲੈਣ ਲਾਹਾ ਤਾਂ ਹੁਣ ਕੀ ਕਮਾਈਆਂ ਕਰਦੇ ਆ ਜਿਹੜੇ ਇਹੀ ਲਾਹਾ ਹੈ ਇਹ ਤਾਂ ਫਿਰ ਆਮ ਦੁਨੀਆਂ ਵੀ ਕਰਦੀ ਹੈ ਫਿਰ ਗੁਰਮਤ ਦਾ ਕੀ ਫਰਕ ਹੋਇਆ ਜੇਕਰ ਵੀ ਪੈਸੇ ਕਮਾਉਣ ਹੀ ਲਾਹਾ ਹੈ ਧਰਮ ਦੀ ਕਿਰਤ ਕਰਨੀ ਠੀਕ ਹੈ ਕਿਤੇ ਹੱਦ ਤੱਕ ਜਾਇਜ਼ ਹੈ ਪਰ ਨਿਰੀ ਕਿਰਤੀ ਤਾਂ ਨਹੀਂ ਕਰਨੀ ਹੈ ਨਾਮ ਵੀ ਜਪਣਾ ਤੇ ਵੰਡ ਵੀ ਛਕਣਾ ਹੈ ਕਿਰਤ ਵੀ ਧਰਮ ਦੀ ਕਰਨੀ ਹੈ ਸੋ ਇਸ ਕਰਕੇ ਪ੍ਰਾਣੀ ਤੋਂ ਆਇਆ ਲਾਹਾ ਲੈਣ ਲੱਗਾ ਕਿਰਤ ਫਫੜੇ ਸਭ ਮੁਕਦੀ ਚੱਲੀ ਰਹਿਣ ਲਾਹੇ ਕਾਰਨ ਆਇਆ ਜੱਗ ਹੋਏ ਮਜ਼ੂਰ ਗਿਆ ਠਗਾਏ ਠੱਗ ਲਾਹੇ ਕਹੋ ਤੂੰ ਢੀਲਾ ਢੀਲਾ ਗੁਰਮਤ ਦੀ ਗੱਲ ਬਾਣੀ ਪੜ੍ਹਨੀ ਹੋਵੇ ਸਤਸੰਗਤ ਵੀ ਜਾਣਾ ਹੋਵੇ ਅਤੇ ਸੌ ਘੜਾ ਪਾਣੀ ਦਾ ਪੈ ਜਾਂਦਾ ਲਓ ਜੀ ਕੰਮ ਬੜੇ ਨੇ ਜੀ ਥੱਕੇ ਬੜੇ ਹਨ ਜੀ ਅੱਜ ਤਾਂ ਕੰਮ ਬੜਾ ਕੀਤਾ ਜੀ ਤੇ ਇੱਧਰ ਨੂੰ ਆਲਸੀ ਹੋ ਗਿਆ ਚੰਗਿਆਈ ਆਲ ਕਰੇ ਬੁਰਿਆਈ ਹੋਏ ਸ਼ੇਰ ਨਾਨਕ ਅੱਜ ਕੱਲ੍ਹ ਆਲਸੀ ਗਾਫਲ ਪਾਹੀ ਫੇਰ ਲਾਭ ਜਿੱਥੇ ਲਾਭ ਵਾਲਾ ਸੀ ਉੱਥੇ ਇਹ ਔਖਾ ਲੱਗਿਆ ਇਹਨੂੰ ਪਰ ਜਿਹੜਾ ਘਾਟੇ ਵਾਲਾ ਸੌਦਾ ਸੀ ਉੱਧਰ ਨੂੰ ਫਿਰ ਦੌੜ ਕੇ ਗਿਆ ਸੋ ਇਸ ਕਰਕੇ ਗੁਰਮੁਖ ਲਾਹਾ ਲੈ ਗਏ ਲਾਹਾ ਲੈ ਕੇ ਜ਼ਿੰਦਗੀ ਦਾ ਜਨਮ ਦੀ ਬਾਜ਼ੀ ਜਿੱਤ ਕੇ ਜਾਂਦੇ ਹਨ ਪਰ ਉਹ ਵੀ ਨੇ ਉੱਚੇ ਮੰਦਰ ਸੁੰਦਰ ਨਾਰੀ ਨਾਮ ਨਾਮ ਬਿਨ ਬਾਜੀ ਹਾਰੀ ਉੱਚੇ ਮੰਦਰਾਂ ਦੀ ਗੱਲ ਨਹੀਂ ਹੈ ਮੰਦਰ ਤਾਂ ਚਾਹੇ ਮੋਤੀ ਦੇ ਹੁਣ ਮਹਾਰਾਜ ਜੀ ਕਹਿੰਦੇ ਮੋਤੀ ਤਾਂ ਮੰਦਰ ਉਤਰ ਹੈ ਰਤਨੀ ਤਾਂ ਹੋਵੇ ਜੜਾਓ ਕਸੂਰ ਕੁੰਗੂ ਅਗਰ ਚੰਦਨ ਲੀ ਪਾਵੇ ਚਾਹੋ ਪਰ ਸਾਵਧਾਨ ਕੀਤਾ ਉਹ ਦੇਖ ਲੈਣਾ ਵੀ ਮਹਾਰਾਜ ਕਹਿਣਾ ਕੀ ਚਾਹੁੰਦੇ ਨੇ ਮਤ ਦੇਖ ਭੁੱਲਾ ਵਿਸਰੈ
ਤੇਰਾ ਚੇਤਨਾ ਆਵੇ ਨਾ, ਕਿਤੇ ਨਾ ਹੋਣਾ ਵਿਸਰ ਜੇ, ਫਿਰ ਅੱਗ ਜਲ ਜਾਵੇ ਬਟਪਣਾ, ਫਿਰ ਨੂੰ ਅੱਗ ਲੱਗ ਜਾਵੇ, ਅੱਗ ਲੱਗੋ ਤੇ ਧੌਲ ਹਟ ਜੇ, ਨਾ ਹੀ ਹਰ ਕੋ ਨਾਮ। ਫਿਰ ਤਾਂ ਕਬੀਰ ਸਾਹਿਬ ਜੀ ਕਹਿੰਦੇ ਇਹਨਾਂ ਨੂੰ ਅੱਗ ਲਾ ਦਿਓ ਧੌਲਰਿਆਂ ਨੂੰ, ਪਰ ਜੇ ਨਾਮ ਹੈ ਭਾਈ ਫਿਰ ਇਹ ਪਦਾਰਥ ਇਹਨਾਂ ਚ ਤੂੰ ਰਹਿੰਦਾ ਹੋਏ ਹੀ ਨਿਰਲੇਪ ਹੈ, ਜੈਸੇ ਜਲ ਮੈਂ ਕਮਲ ਨਿਰਾਲ ਹੋਵਾਂ। ਮੁਰਗਾਈ ਰਹਿ ਥਾਣੇ ਸੁਰਤ ਸ਼ਬਦ ਭਾਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਮਹਾਰਾਜ ਤਾਂ ਸਾਨੂੰ ਹੁਕਮ ਕਰ ਦਿੱਤਾ, ਉਦਮ ਕਰਿੰਦਿਆਂ ਜੀਓ ਤੂੰ ਕਮਾ, ਉਦਮ ਕਰ ਮਾਇਆ ਕਮਾ, ਉਦਮ ਕਰਿੰਦਿਆਂ ਜੀਓ ਤੂੰ ਕਮਾਉਂਦਿਆਂ, ਸੁੱਖ ਭੁੰਨ ਚ ਲੈ ਮਾਇਆ ਦਾ ਸੁੱਖ। ਪਰ ਇੰਨਾ ਸੁੱਖ ਨਾ ਲੈਣ ਲੱਗ ਜਾਈ, ਕਿਤੇ ਉਹ ਸੁੱਖ ਵੀ ਤੇਰਾ ਰੋਗ ਬਣ ਜਾਵੇ। ਦੁੱਖ ਦਾਰੂ ਸੁੱਖ ਰੋਗ ਭਇਆ, ਤੇ ਇੰਨਾ ਹੀ ਨਾ ਚਿੰਬੜ ਜਾਈ। ਜਿਸ ਤਰ੍ਹਾਂ ਮੱਖੀ ਦਾ ਦ੍ਰਿਸ਼ਟਾਂਤ ਦਿੱਤਾ ਮਹਾਰਾਜ ਜੀ ਨੇ, ਮੱਖੀ ਮਿੱਠਾ ਮਰਨਾ, ਮੱਖੀ ਬੈਠੀ ਤਾਂ ਹੈ ਗੁੜ ਦੇ ਉੱਪਰ, ਖਾਣ ਵਾਸਤੇ ਬੈਠੀ ਸੀ ਉਹ, ਉਹਨੂੰ ਮਿੱਠਾ ਚੰਗਾ ਲੱਗਿਆ, ਖਾਣ ਲੱਗ ਗਈ ਬੇਫਿਕਰ ਹੋ ਕੇ। ਪਰ ਜਦੋਂ ਰੱਜ ਕੇ ਉੱਠਣ ਲੱਗੀ ਤੇ ਜਰਨ ਉਹਦੇ ਖੰਭ ਚਿੰਬੜ ਚੁੱਕੇ ਹਨ। ਜੇ ਉਹਨੂੰ ਜੁਗਤੀ ਪਤਾ ਹੁੰਦਾ, ਸੋਝੀ ਹੁੰਦੀ, ਮੇਰੇ ਖੰਭ ਵੀ ਇੱਥੇ ਚਿੰਬੜ ਸਕਦੇ ਨੇ, ਤੇ ਫਿਰ ਮੁਰਗਾਬੀ ਵਾਂਗੂ ਉਡਾਰੀ ਲਾਉਣ ਨੂੰ ਤਿਆਰ ਰੱਖਦੀ ਆਪਣੇ ਆਪ ਨੂੰ। ਮੁਰਗਾਬੀ ਪਾਣੀ ਵਿੱਚ ਰਹਿੰਦੀ ਹੋਈ ਉਡਾਰੀ ਲਾਉਂਦੀ ਹੈ ਨਾ, ਜੈਸੇ ਜਲ ਮੈਂ ਕਮਲ ਨਿਰਾਲ ਹਾਂ, ਮੁਰਗਾਈ ਲੈ ਸਾਣੈ, ਸੁਰਤ ਸ਼ਬਦ ਭਾਵ ਸਾਗਰ ਤਰੀਏ, ਨਾਨਕ ਨਾਮ ਵਖਾਣੈ। ਨਹੀਂ ਤਾਂ ਬਈ ਵਿਰਤੀ ਰੂਪੀ ਮੱਖੀ ਪਦਾਰਥਾਂ ਦੇ ਉੱਪਰ ਐਸੀ ਬੈਠੀ ਹੈ, ਇਹ ਐਸੀ ਇਹਦੀ ਅਟੈਚਮੈਂਟ ਹੋਈ ਹੈ, ਗੱਲਾਂ ਨਾਲ ਹੀ ਗੱਲ ਨਹੀਂ ਬਣਦੀ ਪਿਆਰਿਓ, ਇਹ ਤਾਂ ਸਾਧਨਾ ਦੇ ਮੁਹਤਾਜ ਹਨ ਚੀਜ਼ਾਂ। ਮਹਾਂਪੁਰਸ਼ਾਂ ਨੇ ਜ਼ਿੰਦਗੀਆਂ ਐਵੇਂ ਥੋੜ੍ਹੀ ਲਾਈਆਂ ਨੇ, ਉਹ ਕੋਈ ਪਾਗਲ ਸਨ, ਏਡੀਆਂ ਏਡੀਆਂ ਸੰਪਰਦਾਵਾਂ ਚੱਲਦੀਆਂ ਨੇ, ਅਤੇ ਉਹਨਾਂ ਨੇ ਜ਼ਿੰਦਗੀਆਂ ਲਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਬੜੇ ਮਹਾਂਪੁਰਸ਼ਾਂ ਨੂੰ ਸਤਿਗੁਰਾਂ ਦੇ ਦਰਸ਼ਨ ਵੀ ਹੋਏ ਪ੍ਰਤੱਖ ਰੂਪ ਦੇ ਵਿੱਚ। ਬਾਬਾ ਕਰਮ ਸਿੰਘ ਮਹਾਰਾਜ ਇਹ ਰਾੜਾ ਸਾਹਿਬ ਵਾਲੀ ਸੰਪਰਦਾ, ਭਾਈ ਦਇਆ ਸਿੰਘ ਪਿਆਰੇ, ਭਾਈ ਦਇਆ ਸਿੰਘ ਪਹਿਲੇ ਪਿਆਰੇ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਨੂੰ ਆਪਣਾ ਸੀਸ ਭੇਟਾ ਕੀਤਾ ਸੀ, ਉੱਥੋਂ ਇਹ ਸੰਪਰਦਾ ਚੱਲੀ ਹੈ। ਅਤੇ ਬੜੇ ਬੜੇ ਵੀਤਰਾਗ ਮਹਾਂਪੁਰਸ਼ ਸੰਪਰਦਾ ਵਿੱਚ ਹੋਏ। ਬਾਬਾ ਕਰਮ ਸਿੰਘ ਮਹਾਰਾਜ ਹੋਤੀ ਮਰਦਾਨ ਵਾਲੇ ਫੌਜ ਵਿੱਚ ਡਿਊਟੀ ਦੇ ਰਹੇ ਸਨ, ਅਤੇ ਉੱਥੇ ਸਮਾਧੀ ਵਿੱਚ ਖਿਆਲ ਨਾ ਰਿਹਾ, ਬਿਰਤੀ ਜੁੜ ਗਈ, ਕਲਗੀਧਰ ਪਾਤਸ਼ਾਹ ਨੂੰ ਆਪ ਪਹਿਰਾ ਦੇਣਾ ਪਿਆ ਸਾਧ ਸੰਗਤ। ਇਹ ਅੰਗਰੇਜ਼ਾਂ ਦੇ ਡਾਕੂਮੈਂਟ ਬੋਲਦੇ ਨੇ, ਕੋਈ ਮਨ ਘੜਤ ਗੱਲਾਂ ਨਹੀਂ ਹਨ ਸਾਧ ਸੰਗਤ। ਹੁਣ ਵੀ ਕਢਾ ਕੇ ਦੇਖ ਸਕਦੇ ਹੋ, ਤਾਂ ਹਜ਼ਾਰਾਂ ਸਾਲ ਦੀਆਂ ਚੀਜ਼ਾਂ ਸਾਂਭ ਕੇ ਰੱਖਦੇ ਨੇ। ਉਹ ਅੰਗਰੇਜ਼ ਸ਼ਿਕਾਇਤ ਕੀਤੀ, ਵਿਰੋਧੀ ਹੁੰਦੇ ਨੇ, ਵਿਰੋਧੀ ਤਾਂ ਪਹਿਲਾਂ ਤੋਂ ਹੀ ਆਏ ਭਾਈ, ਰੱਬ ਦੇ ਵੀ ਵਿਰੋਧੀ ਹਨ, ਜਿਹੜੇ ਕਹਿੰਦੇ ਰੱਬ ਕਿੱਥੇ ਹੈ, ਜਿਹੜੇ ਕਹਿੰਦੇ ਦਿਖਾਓ ਰੱਬ, ਪਰ ਉਹਨਾਂ ਨੂੰ ਕੀ ਦੱਸੀਏ, ਕੱਕਾ ਆਖਦਾ ਕੁਦਰਤੀ, ਰੱਬ ਦਿਸੇ ਅਸੀਂ ਕਿਵੇਂ ਦਿਖਾਲੀਏ ਅੰਨਿਆਂ ਨੂੰ। ਉੱਲੂ ਕਹੇ ਮੈਨੂੰ ਸੂਰਜ ਦਿਖਾਓ, ਦਿਖੇਗਾ। ਜੇ ਉੱਲੂ ਇਕੱਠੇ ਹੋ ਕੇ ਕਹਿ ਦੇਣ ਬਈ ਰੱਬ ਨਾ ਆਪਣਾ ਸੂਰਜ ਨਾਮ ਦੀ ਕੋਈ ਚੀਜ਼ ਨਹੀਂ ਹੈ, ਐਵੇਂ ਕਪੋਲ ਕਲਪਨਾ ਹੈ ਲੋਕਾਂ ਦੀ, ਅਤੇ ਉਹਨਾਂ ਦੇ ਕਹਿਣ ਨਾਲ ਸੂਰਜ ਦਾ ਭਾਵ ਤਾਂ ਨਹੀਂ ਹੋ ਜਾਣਾ ਨਾ ਸਾਧ ਸੰਗਤ। ਇਸੇ ਤਰ੍ਹਾਂ ਲੋਕ ਵਿਰੋਧੀ ਜਿਹੜੇ ਸਨ, ਉਹਨਾਂ ਨੇ ਸ਼ਿਕਾਇਤ ਕੀਤੀ ਕਰਮ ਸਿੰਘ ਬਈ ਜਿਹੜਾ ਹਾਜ਼ਰ ਨਹੀਂ ਹੁੰਦਾ ਡਿਊਟੀ 'ਤੇ, ਰਾਤ ਨੂੰ ਪਹਿਰਾ ਹੁੰਦਾ ਨਾ ਫੌਜੀਆਂ ਦਾ, ਪਰ ਉਹ ਰਾਤ ਨੂੰ ਆਪਦੇ ਬੈਠ ਜਾਂਦੇ ਸਮਾਧੀ ਵਿੱਚ।
ਅਤੇ ਹੁਣ ਕਰਨ ਵਾਲੇ ਬੜੇ ਸਿਆਣੇ ਹੁੰਦੇ ਨੇ ਲੋਕ, ਜਲਦੀ ਜਲਦੀ ਨਹੀਂ ਐਕਸ਼ਨ ਲੈਂਦੇ। ਇਹ ਕਹਿੰਦੇ ਵੀ ਪਹਿਲਾਂ ਦੇਖਾਂਗੇ ਜਾ ਕੇ, ਦਿਖਾਇਆ ਵੀ ਕਹੋ ਬੈਠਾ ਹੈ, ਹਾਂ ਜੀ ਬੈਠਾ, ਦੇਖ ਲਿਆ, ਟਾਰਚ ਮਾਰੀ, ਦੇਖ ਲਿਆ ਵੀ ਕਰਮ ਸਿੰਘ ਬੈਠਾ ਹੈ। ਕਹਿੰਦੇ ਹੁਣ ਡਿਊਟੀ 'ਤੇ ਚੱਲੋ, ਪਰ ਡਿਊਟੀ 'ਤੇ ਚੱਲੋ ਹੈਰਾਨੀ ਦੀ ਹੱਦ ਨਾ ਰਹੀ, ਉਹ ਕਰਮ ਸਿੰਘ ਉੱਥੇ ਪਹਿਰਾ ਦੇ ਰਿਹਾ। ਸਤਸੰਗ ਦੇ ਇਹ ਕੋਈ ਮਨ ਭੜਤ ਨਹੀਂ ਹਨ, ਇਹ ਬਿਲਕੁਲ ਗੁਰੂ ਦੇ ਹਜ਼ੂਰ 'ਚ ਬੈਠੇ, ਸੱਚਾਈ ਹੈ, ਸੱਚ ਹੈ, ਕੋਈ ਕਪੋਲ ਕਲਪਨਾ ਨਹੀਂ। ਕਹਾਣੀਆਂ ਵੀ ਬਥੇਰੀਆਂ ਬਣਾ ਲੈਂਦੇ ਨੇ, ਪਰ ਮੈਂ ਸੱਚ ਗੱਲ ਜਿਹੜੀ ਸੱਚ ਹੋਈ ਹੈ, ਜਿਵੇਂ ਮਹਾਂਪੁਰਸ਼ ਦੱਸਦੇ ਹੁੰਦੇ, ਬਾਬਾ ਕਰਮ ਸਿੰਘ ਮਹਾਰਾਜ ਦੇ ਬਚਨ ਇਹ, ਉਹਨਾਂ ਦੇ ਸੇਵਕ ਬਾਬਾ ਅਤਰ ਸਿੰਘ ਮਹਾਰਾਜ ਰੇਲੂ ਸਾਹਿਬ ਵਾਲੇ, ਕਰਮ ਸਿੰਘ ਮਹਾਰਾਜ ਨੇ ਉਹਨਾਂ ਦੀ ਡਿਊਟੀ ਲਾਈ ਸੀ ਵੀ ਧੰਨ ਗੁਰੂ ਕਰਮੀ ਧਰ ਪਾਤਸ਼ਾਹ ਦੀ ਚਰਨ ਛੋਹ ਰੇਲੂ ਸਾਹਿਬ ਜੋ ਹੈ ਤਾਨ ਆਰਾਮਪੁਰ ਦਰਾਹੇ ਦੇ ਪਾਸ, ਵੀ ਉਹ ਸਥਾਨ ਦੀ ਤੁਸੀਂ ਸੇਵਾ ਕਰਾਉਣੀ ਹੈ। ਸਾਧ ਸੰਗਤ ਲੰਗਰ ਚਲਾਇਆ ਹੜ ਵਾਹ ਕੇ, ਆਮ ਜ਼ਿਮੀਦਾਰਾਂ ਵਾਂਗੂ ਰਹਿੰਦੇ ਸਨ, ਬੜੇ ਸਿੰਪਲ। ਕਿਤੇ ਰਾਜਾ ਭੁਪਿੰਦਰ ਸਿੰਘ ਆਇਆ ਅਤੇ ਆ ਕੇ ਹੁਣ ਮਹਾਂਪੁਰਸ਼ ਟੋਕਾ ਕਰ ਰਹੇ ਸਨ, ਕੱਪੜੇ ਵੀ ਉਹੋ ਜਿਹੇ ਜ਼ਿਮੀਦਾਰਾਂ ਵਰਗੇ, ਕੋਈ ਸਪੈਸ਼ਲ ਕੋਈ ਨਹੀਂ ਸੀ ਉਹ ਬਣਾਉਟੀ ਕੋਈ ਗੱਲਬਾਤ ਲਈ। ਅਤੇ ਹੁਣ ਮਹਾਂਪੁਰਸ਼ਾਂ ਨੂੰ ਪੁੱਛਦਾ ਆ ਕੇ, ਭਾਈ ਮਹਾਰਾਜ ਦੇ ਦਰਸ਼ਨ ਕਰਨੇ ਨੇ, ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ ਨੇ, ਚੁੱਪ ਰਹੇ। ਅਤੇ ਇਹਦੇ ਨੂੰ ਰਾਮਪੁਰ ਦਾ ਕੋਈ ਪ੍ਰੇਮੀ ਜਿਹੜਾ ਆਇਆ ਸੀ, ਉਹਨੇ ਆ ਕੇ ਨਮਸਕਾਰ ਕਰਨੀ ਸੀ, ਕਰਦੇ ਨੇ। ਅਤੇ ਜਦੋਂ ਨਮਸਕਾਰ ਕਰਨ ਉੱਠ ਕੇ ਇੱਕ ਪਾਸੇ ਹੋ ਗਏ, ਉਹ ਕਹਿੰਦਾ ਜੀ ਸੰਤ ਮਹਾਰਾਜ ਦੇ ਦਰਸ਼ਨ ਕਰਨੇ, ਕਹਿੰਦੇ ਇਹੀ ਤਾਂ ਹਨਗੇ। ਉਹ ਰਾਜਾ ਵੀ ਸਾਧ ਸੰਗਤ ਦਾ ਇੰਨਾ ਵੈਰਾਗ ਨੇਤਰਾਂ 'ਚ ਜਾ ਰਿਹਾ ਹੈ, ਇੰਨੀ ਨਿਮਰਤਾ, ਇੰਨਾ ਸਬਰ ਅੰਦਰ ਸਾਵੜੀ, ਤਾਂ ਨੇ ਵੈ ਜਾ ਲੈਣ ਹੋਣ ਨਜ਼ਦੀਕ ਖੁਦਾ ਇਹਦੇ ਭੇਤ ਨਾ ਕਿਤੇ ਦੇਣ, ਨਹੀਂ ਭੇਜ ਦਿੰਦੇ, ਆਪਣੇ ਆਪ ਨੂੰ ਛੁਪਾ ਕੇ ਰੱਖਦੇ ਹਨ। ਰਾਜਨ ਆ ਜਾ, ਤੈਨੂੰ ਮਹਾਰਾਜ ਦੇ ਦਰਸ਼ਨ ਕਰਾਈਏ। ਅਤੇ ਅੰਦਰ ਲੈ ਗਏ, ਗੁਰੂ ਮਹਾਰਾਜ ਦੇ ਚਰਨਾਂ 'ਚ ਕੀਤੀ ਨਮਸਕਾਰ ਅਤੇ ਹੁਕਮਨਾਮਾ ਲਿਆ। ਹੁਕਮਨਾਮਾ ਵੀ ਇਹੀ ਹੋਇਆ ਹੈ, ਸੰਤਾਂ ਨੇ ਅਵਰ ਨਾ ਕਾਹੂ ਜਾਨੀ, ਸੰਤਾਂ Thank you.
ਵਰਨਾ ਕਾਹੂੰ ਜਾਨੀ ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਪ ਸੁਆਮੀ ਰੰਗ ਹੱਥੈ ਰੰਗ ਹੋਵੈ ਚੁੱਪ ਭੀ ਕਰ ਜਾਏ ਪਰਵਾਹ ਨਾਹੀ ਕਿਸੇ ਕੇਰੀ ਵਾਹ ਸੱਚੇ ਨਾ ਕੋਈ ਬੜੇ ਪਾਤਸ਼ਾਹ ਦੀ ਪਰਵਾਹ ਨਹੀਂ ਸੋ ਉਹਨਾਂ ਦੀ ਜਾਣੀ ਡਿਊਟੀ ਲਾਈ ਬਾਬਾ ਕਰਮ ਸਿੰਘ ਮਹਾਰਾਜ ਜੀ ਨੇ ਅਤੇ ਹੁਣ ਉਹ ਕਰਨਲ ਉੱਥੇ ਵੀ ਦੇਖਦਾ ਪਹਿਰਾ ਦੇ ਰਿਹਾ ਹੈ ਉਹਨੂੰ ਪਹਿਲਾਂ ਕਿਹਾ ਸੀ ਜਿਹਨੇ ਸ਼ਿਕਾਇਤ ਕੀਤੀ ਵੀ ਗੱਲ ਸੁਣ ਲੈ ਜੇ ਗੱਲ ਝੂਠੀ ਹੋਈ ਤੈਨੂੰ ਸਜ਼ਾ ਮਿਲੂ ਕਹਿੰਦਾ ਬਿਲਕੁਲ ਉਹਨੂੰ ਪਤਾ ਸੀ ਵੀ ਉੱਥੇ ਉਹ ਤਾਂ ਬਹਿੰਦੇ ਨੇ ਅਤੇ ਮੈਂ ਝੂਠਾ ਕਿਵੇਂ ਹੋ ਜਾਊਂਗਾ ਫਿਰ ਉੱਥੇ ਗਏ ਪਰ ਫਿਰ ਪਹਿਰਾ ਦਿੰਦੇ ਨੇ ਅਖੀਰ ਜਦੋਂ ਦਿਨ ਚੜ੍ਹਿਆ ਹੋਰ ਫੌਜੀ ਮਿਲੇ ਕਰਮ ਸਿਆ ਕਹਿੰਦੇ ਪੁੱਛਿਆ ਉਹਨਾਂ ਪੁੱਛਣਾ ਹੀ ਸੀ ਵੀ ਰਾਤ ਕੋਈ ਕੋਈ ਆਇਆ ਤਾਂ ਨਹੀਂ ਕੋਈ ਇੰਸਪੈਕਸ਼ਨ ਵਗੈਰਾ ਕਹਿੰਦੇ ਜੀ ਤੁਸੀਂ ਪੁੱਛਦੇ ਹੋ ਮਖੌਲ ਕਰਦੇ ਹੋ ਤੁਸੀਂ ਤਾਂ ਉੱਥੇ ਹਾਜ਼ਰ ਸੀ ਸਾਧਸੰਗ ਚੁੱਪ ਕਰਦੀ ਹੈ ਅਤੇ ਹੁਣ ਅੰਗਰੇਜ਼ ਨੇ ਬੁਲਾਇਆ ਕਹਿੰਦੇ ਕਰਮ ਸਿਆ ਤੇਰਾ ਅਸੀਂ ਅਹੁਦਾ ਉੱਚਾ ਕਰਨ ਲੱਗੇ ਹਾਂ ਬੜਾ ਵਧੀਆ ਰਾਤ ਹੈ ਜਿਹੜਾ ਕੰਮ ਕੀਤਾ ਮੈਂ ਬੜਾ ਖੁਸ਼ ਹਾਂ ਸਮਝ ਕੇ ਵੀ ਮੇਰੇ ਪਿਆਰੇ ਨੂੰ ਮੇਰੀ ਜਗ੍ਹਾ ਇਹ ਕਰਨਾ ਪੈਂਦਾ ਹੈ ਉੱਥੇ ਜਵਾਬ ਦੇ ਦਿੱਤਾ ਕਹਿੰਦਾ ਜੀ ਹੁਣ ਸੱਚੀ ਸਰਕਾਰ ਦੀ ਨੌਕਰੀ ਕਰਾਂਗੇ ਮੇਰੇ ਨਾਂ ਕੱਟ ਦਿਓ ਮੇਰਾ ਕਰਨਲ ਕਹਿੰਦਾ ਨਾਂ ਅਸੀਂ ਤਾਂ ਤੈਨੂੰ ਅਹੁਦਾ ਉੱਚਾ ਕਰਨਾ ਨਹੀਂ ਸਾਧਸੰਗ ਤੇਰਾਂ ਜਗ੍ਹਾ ਕਹਿੰਦੇ ਨਾਂ ਲਿਖਿਆ ਹੁੰਦਾ ਕਹਿੰਦੇ ਸਾਡਾ ਨਾਂ ਹੀ ਨਹੀਂ ਹੈ ਤੇਰਾਂ ਜਗ੍ਹਾ ਨਾਂ ਵੀ ਨਹੀਂ ਕਿਤੋਂ ਮਿਲਿਆ ਸਾਧਸੰਗ ਸੋ ਇਹੋ ਜਿਹੇ ਮਹਾਂਪੁਰਸ਼ ਅਤੇ ਇਸ ਤਰ੍ਹਾਂ ਬਾਬਾ ਅਤਰ ਸਿੰਘ ਮਹਾਰਾਜ ਰੇਲੂ ਸਾਹਿਬ ਵਾਲੇ ਉਹਨਾਂ ਦੇ ਆਮ ਸੇਵ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਜੀ ਸੋ ਜਿੰਨੇ ਇਹਨਾਂ ਨੇ ਘਾਲਣਾ ਘਾਲ ਲਈ ਸਾਧਸੰਗ ਤੋਂ ਇੱਦਾਂ ਅੱਖੀਂ ਦੇਖਦੇ ਰਹੇ ਹਾਂ ਸੋ ਇਹੋ ਜਿਹੇ ਮਹਾਂਪੁਰਸ਼ ਜਿਹੜੇ ਜਿਨ੍ਹਾਂ ਦੀ ਆਵਾਜ਼ ਪਰਮੇਸ਼ੁਰ ਦਾ ਗੁਰੂ ਦਾ ਵਚਨ ਹੈ ਦਾਸ ਆਨਣ ਮੇਰੋ ਨਿਜ ਰੂਪ ਭੇਦ ਹੋ ਗਏ ਜਿਨ ਹਰ ਜਪਿਆ ਬਈ ਜਪਿਆ ਜੀ ਨੇ ਉਹੀ ਹੋਏ ਨਾ ਭੇਦ ਜੇ ਕਬੀਰ ਸਾਹਿਬ ਜੀ ਮੋਹ ਲਾਉਂਦੇ ਨੇ ਸੰਤਨ ਸੰਗ ਕਬੀਰਾ ਵਿਗੜਿਓ ਸੋ ਕਬੀਰ ਰਾਮੈ ਹੋਏ ਨਿਭਰਿਓ ਵੀ ਕਬੀਰ ਰਾਮ ਬਣ ਸਕਦਾ ਹੈ ਕਿ ਹੋਰ ਨਹੀਂ ਕੋਈ ਬਣ ਸਕਦਾ ਫਿਰ ਮਹਾਰਾਜ ਦਾ ਬਚਨ ਜਿਨ ਹਰ ਜਪਿਆ ਸੇ ਹਰ ਹੋਏ ਕਬੀਰ ਸਾਹਿਬ ਜੀ ਦਾ ਫਿਰ ਬਚਨ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਤ ਤੂੰ ਜਬ ਹਮ ਬੋਤੇ ਤਬ ਤੂੰ ਨਾ ਹੀ ਭਗਤ ਜੀ ਭਗਤ ਗੁਰਦਾਸ ਜੀ ਦਾ ਬਚਨ ਜਦੀ ਹਮ ਹਮ ਸੀ ਮੈਂ ਸੀ ਵੀ ਮੈਂ ਵੀ ਕੁਛ ਹਾਂ ਜਿਹੜਾ ਮੈਂ ਸੀ ਨਾ ਮਮਤਾ ਹੋਮੈ ਜਿਹਨੂੰ ਕਹਿੰਦੇ ਨੇ ਉਹ ਬਿਮਾਰੀ ਹੋਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਿਛਾਏ ਕਠਾਏ ਰੱਬ ਨੂੰ ਹੰਕਾਰ ਨਹੀਂ ਪਾਉਂਦਾ ਮਾਣ ਨਾ ਕਰਨਾ ਸੋ ਜਬ ਹਮ ਹੋਤੇ ਤਬ ਤੂੰ ਨਾਹੀਂ ਮਹਾਰਾਜ ਜੀ ਉਦੋਂ ਤਾਂ ਤੁਹਾਡੇ ਦਰਸ਼ਨ ਹੀ ਨਾ ਹੋਏ ਆਪ ਤੂੰ ਹੀ ਮੈਂ ਨਾ ਹੀ ਹੁਣ ਮਹਾਰਾਜ ਜੀ ਤੂੰ ਹੀ ਹੈਗੇ ਆ ਅਸਲੀ ਤਾਂ ਮੈਂ ਸਿੱਖੀ ਤਾਂ ਸਾਧਸੰਗ ਮਿਟ ਜਾਣ ਦਾ ਨਾਮ ਹੈ ਬਣ ਦਾ ਨਾਮ ਸਿੱਖੀ ਨਹੀਂ ਹੈ ਮੈਂ ਵੱਡਾ ਬੁਲਾਰਾ ਮੈਂ ਵੱਡਾ ਸੰਤ ਮੈਂ ਵੱਡਾ ਪੂਜਨੀਕ ਫਲਾਣਾ ਜੀ ਜੋ ਮਰਜ਼ੀ ਬਣੀ ਜਾ ਵੱਡਾ ਬਣੀ ਜਾ ਪਰ ਮਹਾਰਾਜ ਜੀ ਕਹਿੰਦੇ ਆਪ ਕੋ ਜੋ ਜਾਣਾ ਨੀਚਾ ਸੋ ਬਣੀਆ ਸਭ ਤੇ ਉੱਚਾ ਮਿਟਾ ਦੇ ਆਪਣੀ ਆਸਤੀ ਕੋ ਅਵਰ ਕਿਸ ਮਰਤਬਾ ਚਾਹਤਾ ਹੈ ਆਪ ਕੋ ਆਈਏ ਸਾਂਦੋ ਪਾਈਏ ਔਰ ਕ
ਆਪ ਗਵਾਈਏ ਤਾਂ ਸ਼ੋ ਪਾਈਏ ਔਰ ਕੈਸੀ ਚਤੁਰਾਈ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ, ਤਾਂ ਕਿਤੇ ਗੁਰੂ ਘਰ 'ਚ ਮਾਣ ਮਿਲਦਾ ਆਪਣਾ ਆ ਜਾ ਕਾ ਮਨ ਹੋਏ ਸਗਲ ਕਿਰੀਨਾ, ਹਰ ਹਰ ਨਾਮ ਤਿੰਨ ਘੜ ਘੜ ਜੀਨਾ। ਪਰ ਦੂਸਰਾ ਪੱਖ ਵੀ ਹੈ, ਜਾਵੇ ਜਾਣਾ ਮੈਂ ਕਿਛ ਕਰਤਾ ਵੀ ਮੈਂ ਵੀ ਕੁਛ ਹਾਂ, ਉਹਦਾ ਫਲ ਕੀ ਹੈ ਮਹਾਰਾਜ ਜੀ? ਤਬਲਾ ਗਰਭ ਜੋਨ ਮੈਂ ਫਿਰਤਾ, ਇਹ ਚੱਕਰ ਵਿਖਦਾ ਨਹੀਂ ਫਿਰ ਹੋਰ ਚੱਲ ਪੈਂਦਾ ਤਾਂ। ਦਰਅਸਲ ਏਡਾ ਮਾਇਆ ਦਾ ਪ੍ਰਭਾਵ ਕਹਿ ਲਓ, ਆਪਾਂ ਜਿੰਨੇ ਵੀ ਗੁਰੂ ਚਰਨਾਂ ਵਿੱਚ ਬੈਠੇ ਹਾਂ, ਮਾਇਆ ਨੇ ਐਸਾ ਪ੍ਰਭਾਵ ਉਦੋਂ ਹੀ ਪਾਇਆ ਜਦੋਂ ਜਨਮ ਹੋਇਆ ਆਪਣਾ, ਜਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਦੇ ਚੁੜਕੀ ਲੱਗੀ ਤਿਸ਼ਨਾ ਮਾਇਆ ਅਮਰ ਵਰਤਾਇਆ। ਮਾਇਆ ਦਾ ਕੰਮ ਹੈ ਇਹ, ਮਾਇਆ ਜਿੱਤ ਹਰ ਵਿਸਰੈ ਰੱਬ ਨੂੰ ਭੁਲਾਉਣਾ। ਪਰ ਜੇ ਪੂਰਾ ਗੁਰੂ ਮਿਲ ਗਿਆ ਫਿਰ ਰੱਬ ਨੂੰ ਥੋੜ੍ਹੀ ਭੁੱਲਾਂਗੇ ਆਪਾਂ। ਮਹਾਰਾਜ ਜੀ ਕਹਿੰਦੇ ਸਾਰੇ ਸੁੱਖ ਤੈਨੂੰ ਦਿਆਂਗੇ। ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਜੀ ਜੇ ਖਾਲਸੇ ਤੋਂ ਖੁਸ਼ ਹੋ ਜਾਓ ਤਾਂ ਕੀ ਬਖਸ਼ ਦਿਓ? ਮਹਾਰਾਜ ਜੀ ਕਹਿੰਦੇ ਸਾਰਾ ਕੁਛ ਹੀ ਬਖਸ਼ ਦਿੰਦੇ ਅਸੀਂ, ਸਾਰੇ ਦੁਨੀਆਂ ਦੇ ਸੁੱਖ, ਰਾਜ ਭਾਗ, ਵਡਿਆਈਆਂ, ਅਹੁਦੇ, ਸਾਰਾ ਕੁਛ ਦੇ ਦਿਆਂਗੇ। ਅਤੇ ਮਹਾਰਾਜ ਜੀ ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੇ ਹੋਰ ਖੁਸ਼ ਹੋ ਜਾਣ। ਮਹਾਰਾਜ ਜੀ ਕਹਿੰਦੇ ਹੁਣ ਭਾਈ ਧਿਆਨ ਦੇ ਕੇ ਸੁਣੋ, ਪਹਿਲਾਂ ਜੋ ਕੁਛ ਦਿੱਤਾ ਸੀ ਪਦਾਰਥ ਦਿੱਤੇ ਸੀ, ਰਾਜ ਭਾਗ, ਹੋਰ ਸਾਰਾ ਦੁਨੀਆਂ ਦੇ ਸਾਰੇ ਸੁੱਖ ਦਿੱਤੇ ਸਨ, ਉਹ ਸੁੱਖਾਂ ਦੇ ਵਿੱਚ ਕਿਤੇ ਭੁੱਲਿਆ ਨਹੀਂ ਨਾ ਇਹ? ਗੁਰੂ ਨੂੰ ਯਾਦ ਕੀਤਾ, ਯਾਦ ਰੱਖਿਆ, ਨਹੀਂ ਤਾਂ ਇਹ ਦਾਤਾਂ ਨੂੰ ਪਾ ਕੇ ਦਾਤੇ ਨੂੰ ਭੁੱਲ ਜਾਣਾ ਸੁਭਾਵਿਕ ਗੱਲ ਹੈ। ਸਾਧ ਸੰਗਤ ਦਾਤ ਪਿਆਰੀ ਵਿਸਰਿਆ ਦਾਤਾ, ਜਾਣੇ ਨਾ ਹੀ ਮਰਨ ਵਿਚਾਰਾ, ਦੇਂਦੇ ਥਾਓ ਦਿੱਤਾ ਚੰਗਾ, ਦੇਂਦਾ ਦਾਤਾ ਵਾਹਿਗੁਰੂ ਦਿੱਤਾ ਕੀ ਦਾਤਾਂ, ਉਹ ਚੰਗੀਆਂ ਹੋ ਗਈਆਂ, ਦਾਤਾ ਪਿੱਛੇ ਹਟ ਗਿਆ। ਦਿੰਦੇ ਥਾਓ ਦਿੱਤਾ ਚੰਗਾ, ਮਨਮੁੱਖ ਐਸਾ ਜਾਣੀਏ, ਉਹਨੂੰ ਕਹਿੰਦੇ ਨੇ ਮਨਮੁੱਖ। ਮਹਾਰਾਜ ਜੀ ਕਹਿੰਦੇ ਜੇ ਪਾ ਕੇ ਭੁੱਲ ਜਾਵੇ, ਜੇ ਤਾਂ ਰੱਖੇ ਯਾਦ, ਫਿਰ ਤਾਂ ਅਸੀਂ ਹੋਰ ਦਸ ਗੁਣਾ ਬਖਸ਼ ਦਿੰਦੇ ਹਾਂ। ਉਹ ਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲਓ ਧਨ ਹੈ ਸਭ ਹੀ ਇਹੀ ਕੋ, ਸਾਰਾ ਕੁਛ ਹੀ ਮੈਂ ਖਾਲਸੇ ਦੀ ਝੋਲੀ ਵਿੱਚ ਪਾ ਦਿੱਤਾ। ਪਰ ਜੇ ਭੁੱਲ ਗਿਆ ਫਿਰ ਮਹਾਰਾਜ ਜੀ ਕਹਿੰਦੇ ਅਸੀਂ ਖੋਹ ਲੈਂਦੇ ਹਾਂ। ਮਹਾਰਾਜ ਜੀ ਦਾਤ ਦੇ ਕੇ ਗੁਰੂ ਖੋਹਦਾ ਵੀ ਹੈ। ਮਹਾਰਾਜ ਜੀ ਕਹਿੰਦੇ ਉਹਦੇ ਭਲੇ ਵਾਸਤੇ
ਹੁਣ ਉਹ ਦੁੱਖ ਤਕਲੀਫ ਹੋਊਗੀ ਫਿਰ ਵੀ ਦਾਤਾਂ ਗਈਆਂ, ਮਾਇਆ ਗਈ ਤਾਂ ਰੋਵਣ ਲੱਗਦਾ ਹੈ। ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖੇ ਦੇਖੇ ਤੁਹਾਡਾ ਬੋਲੇ ਦੌੜਿਓ ਫਿਰਤ ਹੈ, ਜਬ ਕਛ ਪਾਵੇ ਤਾਂ ਗਰਵ ਕਰਤ ਹੈ, ਮਾਇਆ ਗਈ ਤਾਂ ਰੋਵਣ ਲੱਗਤ ਹੈ। ਫਿਰ ਇਹ ਰੋਊਗਾ, ਉਹ ਦੁੱਖੇ ਦਾ ਦਾਰੂ ਬਣੂਗਾ ਫਿਰ ਭਾਈ, ਦੁੱਖ ਦਾਰੂ ਸੁਖ ਰੋਗ ਪਿਆ। ਮੁੜ ਕੇ ਫਿਰ ਇਹਦੇ ਗੁਰੂ ਯਾਦ ਆਏਗਾ, ਜਿਵੇਂ ਤੀਸਰੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਇੱਕ ਗਰੀਬ ਵਿਚਾਰਾ ਪੰਡਿਤ, ਲੜਕੀ ਦੀ ਸ਼ਾਦੀ ਕਰਨੀ ਸੀ, ਵਰ ਪ੍ਰਾਪਤ ਕਰਨਿਆ, ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਗਰੀਬ ਬੜਾ ਹਾਂ, ਕਿੰਨੀ ਕਮਾਇਆ ਨਾ ਸਰ ਜੂ, ਦੋ ਢਾਈ ਸੌ ਬੜਾ ਹੁੰਦਾ ਸੀ, ਲੱਖਾਂ ਵਰਗਾ ਹੁੰਦਾ ਸੀ, ਮਹਾਰਾਜ ਦੋ ਢਾਈ ਸੌ ਬੜਾ ਹੈ। ਮਹਾਰਾਜ ਜੀ ਕਹਿੰਦੇ ਸਾਡਾ ਇੱਕ ਸੇਠ ਹੈ ਦਿੱਲੀ, ਉਹਦਾ ਨਾਮ ਹੁਣ ਤਾਂ ਪਹਿਲਾਂ ਗੰਗੋ ਸੀ, ਹੁਣ ਗੰਗੋ ਸ਼ਾਹ ਕਰਕੇ ਮਸ਼ਹੂਰ ਹੈ, ਉਹਦੀ ਹੁੰਦੀ ਚੱਲਦੀ ਹੈ। ਮਹਾਰਾਜ ਜੀ ਉਹ ਦੇਊਗਾ, ਹਾਂ ਇਹ ਕਹਿ ਦੇਣਾ ਵੀ ਗੁਰੂ ਨਾਨਕ ਦੇ ਖਾਤੇ 'ਚੋਂ ਸਾਡਾ ਨਾਂ ਲੈ ਲੈਣਾ, ਵੀ ਉਹਨਾਂ ਨੇ ਕਿਹਾ ਗੁਰੂ ਨਾਨਕ ਦੇ ਖਾਤੇ 'ਚੋਂ ਰੁਪਈਆ ਦੋ ਢਾਈ ਸੌ ਦੇ ਦੇ, ਮੈਂ ਲੜਕੀ ਦੀ ਸ਼ਾਦੀ ਕਰ ਰਹੀ ਹਾਂ, ਦੇਵੇਗਾ। ਚੜਿਆ ਗਿਆ ਸਾਧ ਸੰਗਤ, ਮੰਦਲਾ ਮਾਰਦਾ ਤੁਰ ਕੇ ਜਾਣਾ ਸੀ ਵਿਚਾਰੇ ਨੇ, ਪੁੱਛ ਪੁਛਾ ਕੇ ਪਹੁੰਚਿਆ ਜੀ ਗੰਗੋ ਸ਼ਾਹ ਸ਼ੇਰ, ਕਹਿੰਦੇ ਉਹ ਬੈਠਾ ਬੜੇ ਤਕੀਏ ਲੱਗੇ ਹੋਏ ਨੇ, ਬੜੇ ਨੌਕਰ ਚਾਕਰ ਕਲਰਕ ਬੜੇ ਬੈਠੇ ਨੇ, ਸਾਹ ਕਿਤਾਬ ਹੋ ਰਿਹਾ ਹੈ। ਜਾ ਕੇ ਰਾਮ ਰਮਈਆ ਕੀਤਾ, ਆਓ ਪੰਡਿਤ ਜੀ ਕਿਵੇਂ ਆਏ? ਕਹਿੰਦੇ ਮੈਨੂੰ ਭੇਜਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ, ਗੋਇੰਦਵਾਲ ਸਾਹਿਬ ਤੋਂ ਆਇਆ ਮੈਂ। ਕਿਵੇਂ ਆਏ? ਉਹਨਾਂ ਨੇ ਕਿਹਾ ਵੀ ਗੁਰੂ ਨਾਨਕ ਦੇ ਖਾਤੇ ਦੇ ਵਿੱਚੋਂ ਦੋ ਢਾਈ ਸੌ ਰੁਪਈਆ ਮੈਨੂੰ ਦੇ ਦਿਓ, ਮੈਂ ਲੜਕੀ ਦੀ ਸ਼ਾਦੀ ਕਰਨੀ ਹੈ, ਮਹਾਰਾਜ ਦਾ ਹੁਕਮ ਹੈ। ਸਾਧ ਸੰਗ ਸੋਚਾਂ 'ਚ ਪੈ ਗਿਆ, ਇਹਨੂੰ ਕਹਿੰਦੇ ਮਾਇਆ ਦੀ ਅਟੈਚਮੈਂਟ, ਦਿੰਦਾ ਸਭ ਕੁਛ ਹੈ ਗੁਰੂ, ਦਾਤਾਂ ਉਥੇਰੀਆਂ ਨੇ ਗੁਰੂ ਦੇ ਸਾਚੇ ਸਾਹਿਬਾ, ਕਿਆ ਨਾ ਹੀ ਕਰਦੇ ਰਹਿ, ਪਰ ਇੱਕ ਖਲ ਦਾ ਖਿਆਲ ਰੱਖਣਾ, ਦਾਤਾਂ ਨੂੰ ਪਾ ਕੇ ਕਿਤੇ ਇਹ ਨਾਲ ਹੀ ਨਾ ਚਿੰਬੜ ਜਾਣਾ ਮੱਖੀ ਦੀ ਤਰ੍ਹਾਂ, ਬਸ ਇਹ ਬਿਲਕੁਲ ਸਾਵਧਾਨ ਹੋਣ ਦੀ ਲੋੜ ਹੈ। ਮਹਾਰਾਜ ਕਹਿੰਦੇ ਮੈਂ ਜਿੰਨਾ ਕਹੇਗਾ ਓਨਾ ਮੈਂ ਤੈਨੂੰ ਦੇ ਦੂੰਗਾ, ਜੋ ਮੰਗ ਹੈ ਠਾਕੁਰ ਆਪਣੇ ਤੇ, ਜਿੱਤੜੇ ਫਲਵਾਨ ਬਾਂਚੀ ਹੈ ਤੁਤਰੇ ਸਤਿਗੁਰ ਪਾਸ, ਗੁਰਦਾਤਾ ਗੁਰ ਹੇਵੈ ਘਰ ਗੁਰ ਦੀਪਕ ਤੇ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨੈ ਸੁਖ ਹੋਏ, ਸਭ ਕੁਛ ਦੇ ਦਿਆਂਗੇ, ਪਰ ਦੇਖੀ ਕਿਤੇ ਇਹਨਾਂ ਨੂੰ ਪਾ ਕੇ ਨਰਕਾਂ 'ਚ ਨਾ ਚਲਿਆ ਜਾਏ ਤੂੰ। ਗੁਰੂ ਕਹਿੰਦਾ ਮੈਨੂੰ ਵੀ ਫਿਕਰ ਹੈ ਸਿੱਖਾ, ਕਿਤੇ ਨਰਕਾਂ 'ਚ ਚਲਿਆ ਗਿਆ ਲਾਂਭਾ ਤਾਂ ਮੈਨੂੰ ਹੀ, ਗੁਰੂ ਕਾ ਸਿੱਖ ਨਰਕਾਂ 'ਚ ਫਿਰਦਾ, ਕੱਢਣਾ ਵੀ ਮੈਨੂੰ ਹੀ ਪੈਣਾ ਹੈ, ਕਾਢੀ ਨਰਕ ਤੇ ਧੂ, ਕੱਢਣਾ ਵੀ ਮੈਨੂੰ ਹੀ ਪਏਗਾ। ਅਤੇ ਹੁਣ ਸਾਧ ਸੰਗਤ ਇੱਕਦਮ ਕਲਰਕਾਂ ਨੂੰ ਪੁੱਛਦਾ ਵੀ ਇੱਥੇ ਕੋਈ ਗੁਰੂ ਨਾਨਕ ਦਾ ਖਾਤਾ ਦੇਖਿਓ ਨਾ, ਅਤੇ ਉਹ ਕਹਿੰਦੀ ਇੱਥੇ ਤਾਂ ਕੋਈ ਖਾਤਾ ਨਹੀਂ, ਸੇਠਾਂ ਦੇ ਖਾਤੇ ਹਨ, ਤੁਹਾਡੇ ਖਾਤੇ ਨੇ। ਕਹਿੰਦਾ ਪੰਡਿਤ ਜੀ ਦਰਅਸਲ ਤੁਸੀਂ ਭੁਲੇਖੇ ਨਾ ਆ ਗਏ, ਕਿਤੇ ਹੋਰ ਭੇਜਿਆ ਹੋਣਾ, ਤਾਂ ਇੱਥੇ ਤਾਂ ਕੋਈ ਖਾਤਾ ਹੀ ਨਹੀਂ ਹੈ, ਮੁੱਕਰ ਗਿਆ ਸਾਧ ਸੰਗਤ। ਪੰਡਿਤ ਬੜਾ ਦੁਖੀ ਹੋਇਆ, ਜਿਵੇਂ ਕਿਵੇਂ ਮੁੜ ਕੇ ਪਹੁੰਚਿਆ ਸੱਚੇ ਪਾਤਸ਼ਾਹ। ਮਹਾਰਾਜ ਜੀ ਕਹਿੰਦੇ ਕੁਛ ਮਿਲਿਆ? ਮਹਾਰਾਜ ਜੀ ਮਿਲਣਾ ਕੀ ਸੀ, ਜੇ ਮੈਨੂੰ ਜਵਾਬ ਹੀ ਦੇਣਾ ਸੀ ਇੱਥੋਂ ਹੀ ਦੇ ਦਿੰਦੇ, ਏਡੀ ਦੂਰ ਕਾਹਨੂੰ ਭੇਜਣਾ ਸੀ, ਕਿਉਂ ਕੀ ਕਹਿੰਦਾ? ਕਹਿੰਦਾ ਮਹਾਰਾਜ ਜੀ ਉਹ ਤਾਂ ਕਹਿੰਦਾ ਗੁਰੂ ਨਾਨਕ ਦਾ ਖਾਤਾ ਹੀ ਨਹੀਂ ਹੈ ਇੱਥੇ, ਜਦੋਂ ਇਹ ਵਚਨ ਕੀਤਾ ਨਾ ਖਾਤਾ ਹੀ ਨਹੀਂ ਹੈ। ਸੱਚੇ ਪਾਤਸ਼ਾਹ ਨੇ ਸਾਧ ਸੰਗਤ ਸੁੱਤੇ ਸੁੱਤੇ ਕਹਿ ਦਿੱਤਾ, ਚਲੋ ਫਿਰ ਜੇ ਉਹ ਕਹਿੰਦਾ ਖਾਤਾ ਨਹੀਂ ਹੈ ਤਾਂ ਨਹੀਂ ਹੈ,
ਹੱਥਾਂ ਤੋਂ ਕਲਾ ਗੁਰੂ ਦੀ ਵਰਤਦੇ ਸੀ। ਤਦੇ ਤਾਂ ਗੁਰੂ ਨੂੰ ਕਦੇ ਵੀ ਨਹੀਂ ਭੁੱਲਣਾ ਸਾਧਸੰਗ, ਕਿੱਡੇ ਕਰੋੜਾਂ ਅਰਬਾਪਤੀ ਬਣ ਜਾਈਏ, ਪਰ ਦੇਖੇ ਨੇ ਸਾਧ ਸੰਗਤ, ਗਰੀਬ ਲੋਕ ਮਾਇਆ ਧਾਰੀ ਹੋ ਗਏ। ਉਹ ਜਿਹੜੇ ਰਹਿ ਰਾਜ ਦਾ ਪਾਠ ਕਰਦੇ ਸੀ ਸ਼ਾਮ ਨੂੰ, ਫਿਰ ਉਹ ਬੋਤਲਾਂ ਖੋਲ੍ਹੀ ਬੈਠੇ ਨੇ, ਅਤੇ ਉਹ ਫਿਰ ਕਿੰਨਾ ਕੁ ਚਿਰ ਚੱਲੇ ਗਏ ਹੈ, ਨਰਕ ਤਾਂ ਇੱਥੇ ਹੀ ਬਣਾ ਲਏ ਨਾ। ਇਸ ਕਰਕੇ ਬੜੀ ਸਾਵਧਾਨ ਦੀ ਲੋੜ ਹੈ, ਬੜਾ ਕਦਮ ਫੂਕ ਫੂਕ ਕੇ ਰੱਖਣਾ ਪੈਣਾ ਪਿਆਰੇ। ਜ਼ਿੰਦਗੀ ਬੜੀ ਕੀਮਤੀ ਹੈ, ਇੱਕ ਇੱਕ ਸਵਾਸ, ਪਹਿਲਾਂ ਆਪਾਂ ਸ਼ੁਰੂ ਇਹੀ ਕੀਤਾ, ਇੱਕ ਇੱਕ ਸਵਾਸ ਬੜਾ ਅਮੋਲਕ ਹੈ। ਨਾਮ ਜਪਣ ਕੋ ਜੇਬਾ ਦੀਨੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲਕ ਜਾਵੇ, ਹੱਥ ਨਾ ਆਵੇ ਲੱਖੀ। 24,000 ਖਰਚ ਬੰਦੇ ਦਾ, ਕੋਈ ਕਹਿੰਦੇ ਜੀ ਐਵੇਂ ਗੱਪਾਂ ਨੇ, 24,000 ਕਿੱਥੇ ਨਿਕਲਦਾ ਸਵਾਸ ਬਈ? ਜਦ ਹੁਣ ਲਿਖਿਆ ਇਹਦਾ ਮਤਲਬ ਹੋਊਗਾ ਹੀ ਨਾ, ਤੂੰ ਗਿਣਤੀ ਕਰ ਲੈ। ਮਹਾਂਪੁਰਸ਼ ਇਹ ਵੀ ਦੱਸਦੇ ਹੁੰਦੇ ਕਿਰਿਆ ਨਾਲ ਵੱਧਦੇ ਵੀ ਘੱਟਦੇ ਵੀ ਨੇ, ਬੈਠ 12 ਚਲਤੇ 18, ਸੋਭਤ ਚੱਲੇ 25, ਮੈਥਨ ਕਰਤੇ 64, ਚਲਤੇ ਕਿਉਂ ਨਾ ਭਜਿਆ ਜਗਦੀਸ਼। ਬੈਠੇ ਬੰਦੇ ਨੂੰ 12 ਸਵਾਸ ਆਉਂਦੇ ਨੇ, ਉਨੇ ਸਮੇਂ 'ਚ ਤੁਰੇ ਫਿਰਦੇ ਨੂੰ 18, ਸੁੱਤੇ ਪਏ ਨੂੰ 25, ਕਹਿੰਦੇ ਵਿਕਾਰੀ ਪੁਰਸ਼ ਨੂੰ 64 ਆਉਂਦੇ ਨੇ। ਫਿਰ ਹੁਣ ਕਿਰਿਆ ਜੇ ਤਾਂ ਘਰ ਵੱਲ ਜਾਂਦੇ ਨੇ, ਵੈਸੇ ਸੁਭਾਵਿਕ ਜਿਹੜੀ ਗਿਣਤੀ ਹੈ, ਇੰਨਾ ਰੋਜ਼ ਦਾ ਇਹਦਾ ਸਵਾਸ ਨਿਕਲ ਰਿਹਾ, ਇੰਨਾ ਘਾਟਾ ਇਹ ਵਪਾਰੀਆ ਤੈਨੂੰ ਰੋਜ਼ ਦਾ ਪੈ ਰਿਹਾ। ਕਦੇ ਅਹਿਸਾਸ ਨਹੀਂ ਹੋਇਆ ਨਾ, ਹੌਲੀ ਵਤੰਡਾ ਗੱਪਾਂ ਚੱਪਾਂ, ਇਧਰਲੀਆਂ ਉਧਰਲੀਆਂ ਗੱਲਾਂ, ਸਮਾਂ ਨਾ ਬਰਬਾਦ ਕਰਨਾ। ਪਤਾ ਇਹੀ ਬੇਨਤੀ, ਕਿਉਂਕਿ ਸਾਨੂੰ ਮਹਾਂਪੁਰਸ਼ਾਂ ਨੇ ਇਹੋ ਸਿਖਾਇਆ ਵੀ ਕਦੇ ਵੀ ਫਾਲਤੂ ਗੱਲਾਂ ਨਹੀਂ ਕਰਨੀਆਂ, ਵੱਧ ਤੋਂ ਵੱਧ ਪਾਠ ਕਰੋ, ਜਪਜੀ ਸਾਹਿਬ ਦੇ ਪਾਠ ਕਰੋ, ਸੁਖਮਨੀ ਸਾਹਿਬ ਦੇ ਪਾਠ ਕਰੋ, ਮੂਲ ਮੰਤਰ ਦੇ ਜਾਪ ਕਰੋ, ਵਾਹਿਗੁਰੂ ਮੰਤਰ ਜਪਦੇ ਰਹੋ। ਜਾਣੇ ਸਵਾਸ ਨੂੰ ਬੇਅਰਥ ਨਹੀਂ ਜਾਣ ਦੇਣਾ, ਦਮ ਦਮ ਸਦਾ ਸੰਭਾਲਦਾ, ਦਮ ਨਾ ਵਿਰਤਾ ਜਾਏ। ਮਹਾਰਾਜ ਜੀ ਨੇ ਜਦੋਂ ਇਹ ਵਚਨ ਕੀਤਾ ਵੀ ਜੇ ਕਹਿੰਦਾ ਹੈ ਨਹੀਂ ਤੇ ਹੈ ਨਹੀਂ, ਸਾਧਸੰਗ ਜਿਹਨਾਂ ਨੇ ਮਾਇਆ ਲੈਣੀ ਸੀ ਉਹ ਜ਼ਬਰਦਸਤੀ ਲੈ ਗਏ, ਜਿਹਨਾਂ ਦੀ ਜਿਹਨਾਂ ਤੋਂ ਉਹਨੇ ਲੈਣੀ ਸੀ ਜਿਹਨਾਂ ਲੋਕਾਂ ਤੋਂ, ਉਹ ਮੁੱਕਰ ਗਏ, ਕੰਗਾਲ ਹੋ ਗਿਆ। ਆ ਗਿਆ ਯਾਦ ਗੁਰੂ, ਆਇਆ ਗੋਬਿੰਦਵਾਲ ਸਾਹਿਬ, ਬੜਾ ਸੁੰਦਰ ਸ਼ਾਲਾ ਹੈ, ਕਾਰ ਸੇਵਾ ਦੀ ਮਿੱਟੀ ਪਾ ਪਾ ਕੇ ਬਾਹਰ ਕੱਢ ਰਿਹਾ ਹੈ। ਸੰਗਤਾਂ ਬੜੀਆਂ ਹੈਰਾਨ ਨੇ ਜੀ, ਬੜਾ ਸੇਠ ਆਇਆ ਇੱਕ, ਬੜੀ ਕਮਾਲ ਦੀ ਸੇਵਾ ਕਰ ਰਿਹਾ ਹੈ, ਸ਼ਰਧਾ ਬੜੀ ਹੈ। ਕਹਿੰਦੇ ਜਾਣਦੇ ਹਾਂ ਅਸੀਂ, ਮਹਾਰਾਜ ਜੀ ਕਹਿੰਦੇ ਅਸੀਂ ਜਾਣਦੇ ਹਾਂ, ਬੁਲਾ ਲਓ। ਆ ਗਿਆ, ਨਮਸਕਾਰ ਕੀਤੀ, ਭੁੱਬਾਂ ਮਾਰ ਕੇ ਰੋ ਪਿਆ। ਮਹਾਰਾਜ ਕਹਿੰਦੇ ਸੇਠ ਜੀ, ਕੰਗੋ ਸ਼ਾਹ ਹੁਣ ਤਾਂ ਜੀ ਕੰਗਾਲ ਸ਼ਾਹ, ਹੁਣ ਕਾਹਦੇ ਸ਼ਾਹ ਹੈ, ਫਿਰ ਕਿਹਦੀ ਗਲਤੀ ਹੈ? ਮਹਾਰਾਜ ਗਲਤੀ ਤਾਂ ਮੇਰੀ ਹੈ, ਤੈਂ ਮਾਇਆ ਮੰਗੀ ਸੀ, ਮਾਇਆ ਤੈਨੂੰ ਦੇਤੀ ਸੀ, ਪਰ ਜੇ ਕਿਤੇ ਨਾਮ ਮੰਗ ਲੈਂਦਾ, ਮਹਾਰਾਜ ਦਾ ਵਚਨ ਹੈ, ਮਿਲ ਜਾਵੇ ਨਾਮ ਆਧਾਰਾ ਜੀ, ਮਿਲ ਜਾਵੇ ਨਾਮ ਆਧਾਰਾ ਜੀ, ਮਿਲ ਜਾਵੇ ਆਹ
ਮਹਾਰਾਜ ਨੇ ਕਿਰਪਾ ਕੀਤੀ, ਨਾਮ ਦੀ ਦਾਤ ਬਖਸ਼ੀ, ਆਹ ਲੋਕ ਦੇ ਸੁੱਖ ਤੇ ਪਰਲੋਕ ਦੇ ਸੁੱਖ ਗੁਰੂ ਮਹਾਰਾਜ ਜੀ ਨੇ ਬਖਸ਼ ਦਿੱਤੇ। ਕਰਮੀ ਧਰਮ ਪਾਤਸ਼ਾਹ ਬਚਨ ਕਰਦੇ ਨੇ, ਖਾਲਸਾ ਜੀ ਖੋ ਤਾਂ ਲੈਂਦੇ ਹਾਂ ਵੀ ਉਹਨੂੰ ਦੁੱਖ ਪ੍ਰੇਰਦੇ ਆ, ਵੀ ਦੁੱਖ ਲੱਗੂਗਾ ਤੇ ਗੁਰੂ ਨੂੰ ਯਾਦ ਕਰੇਗਾ, ਜੇ ਉਹ ਮਾਇਆ ਜੀ ਖਚਦ ਰਿਹਾ ਤੇ ਉਹ ਗਾਉ ਜਾਊ ਨਰਕਾਂ ਨੂੰ। ਲਾਂਭਾ ਬਹੁਰ ਪਿਤਾ ਕੋ ਲਾਜ, ਸਾਨੂੰ ਲਾਜ ਹੈ ਨਾ, ਸਾਡਾ ਪੁੱਤਰ ਫਿਰ ਨਰਕਾਂ ਜਾਵੇ, ਅਸੀਂ ਉਹਨੂੰ ਬਚਾਉਂਦੇ ਹਾਂ ਨਰਕਾਂ ਤੋਂ, ਫਿਰ ਅਸੀਂ ਉਹਨੂੰ ਖੋਹ ਲੈਂਦੇ ਹਾਂ, ਫਿਰ ਉਹਦੇ ਯਾਦ ਆਉਂਦਾ ਗੰਗੋਸ਼ਾਹ ਵਾਂਗੂ, ਫਿਰ ਗੁਰੂ ਦੇ ਚਰਨੀ ਲੱਗ ਜਾਂਦਾ ਹੈ। ਇਸ ਕਰਕੇ ਦਮ ਦਮ ਸਦਾ ਸੰਭਾਲਦਾ, ਦਮ ਨਾ ਵਿਰਥਾ ਜਾਏ ਪਿਆਰਿਓ। ਕੀਮਤੀ ਬੜੇ ਨੇ ਸਵਾਸ, ਇਹਨਾਂ ਨੂੰ ਐਵੇਂ ਨਾ ਬਰਬਾਦ ਕਰ ਦੇਣਾ। ਇੱਕ ਹੀ ਸਵਾਸ ਲੱਖਾਂ ਕਰੋੜਾਂ ਦਾ ਵੀ ਪ੍ਰਾਪਤ ਹੁੰਦਾ ਹੈ। ਇਹਦਾ ਅਹਿਸਾਸ ਉਦੋਂ ਹੁੰਦਾ ਜਦੋਂ ਬੰਦੇ ਨੂੰ ਆਖਰੀ ਦਮਾਂ 'ਤੇ ਪਿਆ ਹੁੰਦਾ ਅਤੇ ਡਾਕਟਰ ਕਹਿੰਦੇ ਨੇ ਜੀ ਹੁਣ ਬਨਾਉਟੀ ਸਵਾਸ ਦੇ ਕੇ ਦੇਖ ਲੈਂਦੇ ਹਾਂ, ਉਹ ਫਿਰ ਬਨਾਉਟੀ ਦੇ ਸਿਲੰਡਰ ਜਿਹਾ ਲਾ ਦਿੰਦੇ ਨੇ। ਪਰ ਅਸੀਂ ਤਾਂ ਕਹਿ ਰਹੇ ਹੁੰਦੇ ਹਾਂ ਭਾਈ ਜੇ ਰੱਬ ਦੇ ਦਿੱਤੇ ਸਵਾਸਾਂ ਦਾ ਜੀਵਨ ਖਤਮ ਹੋ ਰਿਹਾ ਹੈ ਅਤੇ ਡਾਕਟਰਾਂ ਦੇ ਸਵਾਸਾਂ ਨਾਲ ਜੀਵਨ ਥੋੜ੍ਹੀ ਮਿਲੂਗਾ, ਇਹ ਤਾਂ ਉਹਨੇ ਗਿਣ ਕੇ ਦਿੱਤੇ ਸੀ, ਉਹਨੇ ਆਪਦੇ ਪੂਰੇ ਕਰ ਲਏ ਨੇ। ਨਾਨਕ ਘਰ ਲਏ ਸਭ ਦਿਨ ਸਾਸ, ਨਹਿ ਵੜਨ ਘਟਣ ਤਿਰ ਸਾਰ, ਹੁਣ ਇੱਕ ਨਾ ਵਧਣਾ ਨਾ ਘਟਣਾ। ਹਾਂ ਉਹਨਾਂ ਨੇ ਆਪਦੇ ਲੱਖਾਂ ਰੁਪਈਆ ਕਮਾਉਣ ਵਾਸਤੇ ਜ਼ਰੂਰ ਡਰਾਮਾ ਕਰਨਗੇ, ਇਹ ਤੈਨੂੰ ਲੋੜ ਕੋਈ ਨਹੀਂ ਇਹੋ ਜਿਹੇ ਡਰਾਮੇ ਤੋਂ ਬਚ ਰਹੀ। ਜਿਹੜਾ ਸਮਾਂ ਜਿੰਨਾ ਵਾਹਿਗੁਰੂ ਨੇ ਦਿੱਤਾ ਹੈ, ਨਹੀਂ ਤਾਂ ਵੈਦਕ ਹੈ ਹੋਈ ਭਲਾ ਦਾਰੂ ਮੇਰੇ ਤੋਂ ਵਸਤ ਕਾਲ ਕੀ ਜਾ ਭਾਵੈ ਨੇ ਕੱਤ, ਇਹ ਖੇਡਾਂ ਵਾਹਿਗੁਰੂ ਦੇ ਹੱਥ ਵਿੱਚ ਹਨ। ਦੋ ਚੀਜ਼ਾਂ ਵਾਹਿਗੁਰੂ ਨੇ ਆਪਣੇ ਹੱਥ ਵਿੱਚ ਰੱਖੀਆਂ, ਜੰਮਣ ਮਰਨਾ ਹੁਕਮ ਹੈ, ਹੁਕਮ ਵਿੱਚ ਜਨਮ ਹੋਇਆ ਅਤੇ ਹੁਕਮ ਵਿੱਚ ਹੀ ਮੌਤ ਆਉਣੀ ਹੈ। ਜੰਮਣ ਮਰਨਾ ਹੁਕਮ ਹੈ, ਭਾਵੇਂ ਆਵੇ ਜਾਏ, ਆਉਣਾ ਅਤੇ ਜਾਣਾ ਭਾਣੇ ਵਿੱਚ ਹੈ। ਸੋ ਇਸ ਕਰਕੇ ਸਮੇਂ ਨੂੰ ਸਫਲਾ ਕਰ ਲੈਣਾ, ਜੀਵਨ ਬੜਾ ਕੀਮਤੀ ਹੈ, ਜਿੰਨਾ ਧਨ ਇਕੱਠਾ ਕਰ ਲਾਂਗੇ ਈਹਾਂ ਖਾੜ ਚਲੋ ਹਰ ਲਾਹ ਆ ਗਏ ਵਸਣ ਸੁਹੇਲਾ, ਆਪ ਸਮਾਪਤੀ ਕਰੀਏ। ਗੁਰੂ ਸਤੋਤਰ ਪੜ੍ਹੋ, ਫਿਰ ਉਸ ਤੋਂ ਬਾਅਦ ਆਨੰਦ ਸਾਹਿਬ ਦਾ ਪਾਠ, ਫਿਰ ਗੁਰੂ ਮਹਾਰਾਜ ਅੱਗੇ ਅਰਦਾਸ। Thank you.
Why?
ਸਾਹ
ਪਿਤਾ।